ਤੇ ਬੱਬੂ ਮਾਨ ਦਾ ਨਵਾਂ ਗੀਤ ਜਲਦੀ ਹੀ ਹੋਵੇਗਾ ਰਿਲੀਜ਼। ਜੀ ਹਾਂ, ਬਿਗੇਸਟ ਕੋਲੈਬੋਰੇਸ਼ਨਸ ਦੇ ਵਿੱਚੋਂ ਇੱਕ ਹੈ ਗੁਰੂ ਰੰਧਾਵਾ ਤੇ ਬੱਬੂ ਮਾਨ ਦੀ ਕੋਲੈਬੋਰੇਸ਼ਨ, ਜਿੱਥੇ ਕਿ ਬੱਬੂ ਮਾਨ ਦੀ ਗਰਾਊਂਡ ਲੈਵਲ ਤੇ ਕਾਫੀ ਜ਼ਿਆਦਾ ਫੈਨ ਫੋਲੋਇੰਗ ਹੈ। ਦੂਜੇ ਪਾਸੇ ਗੁਰੂ ਰੰਧਾਵਾ ਨੂੰ ਵੀ ਲੋਕ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਤੇ ਇੰਟਰਨੈਸ਼ਨਲ ਲੈਵਲ ਤੱਕ ਗੁਰੂ ਰੰਧਾਵਾ ਦੇ ਫੈਨਸ ਨੇ। ਸੋ ਹੁਣ ਗੁਰੂ ਰੰਧਾਵਾ ਤੇ ਬੱਬੂ ਮਾਨ ਕਰ ਰਹੇ ਨੇ ਕੋਲਾਬਰੇਟ, ਤੇ ਇਸ ਕੋਲਾਬਰੇਸ਼ਨ ਦੀ ਝਲਕ ਹੈ ਜੋ ਇਸ ਕੋਲਾਬਰੇਸ਼ਨ ਦੇ ਹਿੰਟਸ ਨੇ ਉਹ ਰੀਸੈਂਟਲੀ ਗੁਰੂ ਰੰਧਾਵਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸਾਂਝਾ ਕਰ ਦਿੱਤੇ ਗਏ ਨੇ। ਦਰਅਸਲ ਰੀਸੈਂਟਲੀ ਗੁਰੂ ਰੰਧਾਵਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਅਸੀਂ ਗੁਰੂ ਰੰਧਾਵਾ ਤੇ ਬੱਬੂ ਮਾਨ ਦੋਹਾਂ ਨੂੰ ਹੀ ਦੇਖ ਸਕਦੇ ਹਾਂ, ਤੇ ਦੱਸ ਦਈਏ ਕਿ ਉਹਨਾਂ ਨੇ ਰੀਸੈਂਟਲੀ ਇਸ ਗੀਤ ਦਾ ਪੋਸਟਰ ਵੀ ਸਾਂਝਾ ਕੀਤਾ ਸੀ ਤੇ ਹੁਣ ਹਾਲ ਹੀ ਦੇ ਵਿੱਚ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ ਜੋ ਕਿ ਬਿਹਾਈਂਡ ਦ ਸੀਨਸ ਦੀ ਹੈ, ਤੇ ਦੱਸ ਦਈਏ ਕਿ ਇਸ ਨੂੰ ਗੁਰੂ ਰੰਧਾਵਾ ਦੇ ਵੱਲੋਂ ਸਾਂਝਾ ਕੀਤਾ ਗਿਆ ਤੇ ਇਹ ਵੀ ਦੱਸਿਆ ਗਿਆ ਕਿ ਇਸ ਗੀਤ ਦਾ ਟੀਜ਼ਰ ਜਲਦੀ ਹੀ ਰਿਲੀਜ਼ ਹੋਵੇਗਾ। ਵੈਲ, ਦੱਸ ਦਈਏ ਕਿ ਇਸ ਗੀਤ ਦਾ ਨਾਮ ਹੈ ਪਾਗਲ, ਜਿਸ ਨੂੰ ਆਵਾਜ਼ ਦਿੱਤੀ ਹੈ ਗੁਰੂ ਰੰਧਾਵਾ ਐਂਡ ਬੱਬੂ ਮਾਨ ਦੋਹਾਂ ਨੇ, ਯਾਨੀ ਕਿ ਗੁਰੂ ਰੰਧਾਵਾ ਤੇ ਬੱਬੂ ਮਾਨ ਦਾ ਦੋਹਾਂ ਦਾ ਹੀ ਇਹ ਗੀਤ ਹੈ ਜਿਸ ਦਾ ਨਾਮ ਹੈ ਪਾਗਲ। ਤੇ ਇਸ ਗੀਤ ਦੇ ਪੋਸਟਰ ਦੇ ਵਿੱਚ ਦੋਹਾਂ ਨੂੰ ਅਸੀਂ ਬਲੈਕ ਕੱਪੜਿਆਂ ਦੇ ਵਿੱਚ ਦੇਖ ਸਕਦੇ ਹਾਂ। ਵੈਲ, ਇਹ ਬਲੈਕ ਕੱਪੜਿਆਂ ਵਾਲੀ ਲੁੱਕ ਹੈ ਜੋ ਦੋਹਾਂ ਤੇ ਬਹੁਤ ਸੂਟ ਕਰ ਰਹੀ ਹੈ। ਗੁਰੂ ਰੰਧਾਵਾ ਤੇ ਬੱਬੂ ਮਾਨ ਦੋਹਾਂ ਨੂੰ ਹੀ ਅਸੀਂ ਵੇਖ ਸਕਦੇ ਹਾਂ ਇਸ ਪੋਸਟਰ ਦੇ ਵਿੱਚ ਰੈੱਡ ਕਲਰ ਦੀ ਕਾਰ ਦੇ ਨਾਲ ਬਲੈਕ ਅਟਾਇਰਸ ਦੇ ਵਿੱਚ ਦੋਵੇਂ ਜਣੇ ਖੜੇ ਨੇ। ਸੋ ਇਹ ਲੁੱਕ ਕਾਫੀ ਪਿਆਰੀ ਲੱਗ ਰਹੀ ਹੈ ਤੇ ਲੋਕਾਂ ਨੂੰ ਇਹ ਲੁੱਕ ਕਾਫੀ ਪਸੰਦ ਆ ਰਹੀ ਹੈ ਤੇ ਪੋਸਟਰ ਕਾਫੀ ਸਪੈਸ਼ਲ ਲੱਗ ਰਿਹਾ। ਪਾਗਲ ਗੀਤ ਨੂੰ ਪ੍ਰੈਜੈਂਟ ਕਰ ਰਹੇ ਨੇ ਗੁਲਸ਼ਨ ਕੁਮਾਰ ਐਂਡ ਟੀ ਸੀਰੀਜ਼, ਯਾਨੀ ਕਿ ਗੁਲਸ਼ਨ ਕੁਮਾਰ ਐਂਡ ਟੀ ਸੀਰੀਜ਼ ਦੇ ਬੈਨਰ ਹੇਠ ਟੀ ਸੀਰੀਜ਼ ਦੇ ਆਫੀਸ਼ੀਅਲ ਯੂਟਿਊਬ ਚੈਨਲ ਦੇ ਉੱਤੇ ਪਾਗਲ ਗੀਤ ਰਿਲੀਜ਼ ਹੋਣ ਵਾਲਾ ਹੈ। ਤੇ ਇਹ ਵੀ ਦੱਸ ਦਈਏ ਕਿ ਇਸ ਗੀਤ ਨੂੰ ਆਵਾਜ਼ ਗੁਰੂ ਰੰਧਾਵਾ ਤੇ ਬੱਬੂ ਮਾਨ ਨੇ ਦਿੱਤੀ ਹੈ। ਪਰਟੀਕੁਲਰ ਰਿਲੀਜ਼ ਡੇਟ ਆਲਰੇਡੀ ਸਾਂਝੀ ਕਰ ਦਿੱਤੀ ਗਈ ਹੈ। ਇਸ ਗੀਤ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਗੁਰੂ ਰੰਧਾਵਾ ਤੇ ਬੱਬੂ ਮਾਨ ਕੋਲਾਬੋਰੇਸ਼ਨ ਦੇ ਵਿੱਚ ਕੈਪਸ਼ਨ 'ਚ ਲਿਖਦੇ ਨੇ ਪਾਗਲ 27 May 2024, ਬੱਬੂ ਮਾਨ ਗੁਰੂ ਰੰਧਾਵਾ ਭੂਸ਼ਣ ਕੁਮਾਰ ਟੀ ਸੀਰੀਜ਼ ਸੌਂਜੋਏ ਮਿਹਰ ਸਟੇ ਟਿਊਨ ਟੀ ਸੀਰੀਜ਼ ਆਫੀਸ਼ੀਅਲ। ਸੋ ਨਾਲ ਹੀ ਦੱਸ ਦਈਏ ਕਿ ਇਸ ਗੀਤ ਦੀ ਇੱਕ ਵੀਡੀਓ ਕਲਿੱਪ ਨੂੰ ਸਾਂਝਾ ਕਰਦੇ ਹੋਏ ਇੱਕ ਬਿਹਾਈਂਡ ਦ ਸੀਨਸ ਕਲਿੱਪ ਨੂੰ ਸਾਂਝਾ ਕਰਦੇ ਹੋਏ ਗੁਰੂ ਰੰਧਾਵਾ ਲਿਖਦੇ ਨੇ ਕਿ ਇਸ ਦਾ ਟੀਜ਼ਰ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ, ਯਾਨੀ ਕਿ ਟੀਜ਼ਰ ਹੈ ਜੋ ਜਲਦੀ ਰਿਲੀਜ਼ ਹੋ ਜਾਵੇਗਾ। ਕੱਲ ਨੂੰ ਅਸੀਂ ਇਸ ਗੀਤ ਦੇ ਟੀਜ਼ਰ ਨੂੰ ਵੇਖ ਸਕਾਂਗੇ। ਤੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਸੰਜੋਏ ਨੇ, ਤੇ ਦੱਸ ਦਈਏ ਕਿ ਟੀਜ਼ਰ ਕੱਲ ਨੂੰ ਰਿਲੀਜ਼ ਹੋ ਰਿਹਾ ਹੈ, ਯਾਨੀ ਕਿ 26 May ਨੂੰ ਤੇ 27 May ਨੂੰ ਇਹ ਗੀਤ ਰਿਲੀਜ਼ ਹੋ ਜਾਣਾ ਹੈ। ਵੈਲ, ਇੱਕ ਵੀਡੀਓ ਕਲਿੱਪ ਨੂੰ ਸਾਂਝਾ ਕਰਦੇ ਹੋਏ ਗੁਰੂ ਰੰਧਾਵਾ ਲਿਖਦੇ ਨੇ ਮੇਕ ਯੂਰ ਕੈਲੈਂਡਰਸ ਇਟਸ 27 May, ਥੈਂਕ ਯੂ ਆਲ ਇੰਨਾ ਸਾਰਾ ਪਿਆਰ ਦੇਣ ਲਈ ਫਸਟ ਲੁੱਕ ਨੂੰ, ਟੀਜ਼ਰ ਕਮਿੰਗ ਸੂਨ। ਸੋ ਟੀਜ਼ਰ ਜਲਦੀ ਹੀ ਰਿਲੀਜ਼ ਹੋ ਜਾਵੇਗਾ, ਕਿੰਨੇ ਐਕਸਾਈਟਡ ਹੋ ਟੀਜ਼ਰ ਦੇ ਲਈ ਤੇ ਇਸ ਗੀਤ ਦੇ ਲਈ ਕਿੰਨੇ ਐਕਸਾਈਟਡ ਹੋ ਜੋ ਕਿ 27 May ਯਾਨੀ ਕਿ ਪਰਸੋਂ ਨੂੰ ਰਿਲੀਜ਼ ਹੋ ਰਿਹਾ ਹੈ। ਸੋ ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹ ਨਹੀਂ, ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।